ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਕਾਫੀ ਬੱਚੇ ਮੈਂ ਤੋਂ ਇੰਸਟਾਗ੍ਰam ਤੇ ਸਵਾਲ ਪੁੱਛ ਰਹੇ ਨੇ ਕਿ ਸਰ ਪੰਜਾਬ ਪੁਲਿਸ ਕਨਸਟੇਬਲ ਦੇ ਰਿਜ਼ਲਟ ਦੀ ਸੈਕੰਡ ਲਿਸਟ ਕਦੋਂ ਆਵੇਗੀ ਅਤੇ ਕੁਝ ਬੱਚੇ ਪੁੱਛ ਰਹੇ ਨੇ ਕਿ ਸਰ ਬਾਰਡ ਅਟੈਂਡੈਂਟ ਦੇ ਰਿਜ਼ਲਟ ਦੀ ਸੈਕੰਡ ਲਿਸਟ ਕਦੋਂ ਆਵੇਗੀ ਦੇਖੋ ਦੋਸਤੋ ਮੈਂ ਉਹਨਾਂ ਤੋਂ ਇੱਕ ਸਵਾਲ ਪੁੱਛਦਾ ਹੁਣ ਕਿ ਰਿਜ਼ਲਟ ਰਿਲੇਟਡ ਸੈਕੰਡ ਲਿਸਟ ਆਵੇਗੀ ਇਸ ਬਾਰੇ ਤੁਹਾਨੂੰ ਕਿਸ ਨੇ ਦੱਸਿਆ ਤਾਂ ਉਹਨਾਂ ਕੈਂਡੀਡੇਟਾਂ ਨੇ ਉਹਨਾਂ ਬੱਚਿਆਂ ਨੇ ਮੈਨੂੰ ਕਿਹਾ ਕਿ ਸਰ YouTube ਤੇ ਕਾਫੀ ਵੀਡੀਓ ਅਸੀਂ ਦੇਖਿਆ ਕਿ ਰਿਜ਼ਲਟ ਦੀ ਹਲੇ ਹੀ ਸੈਕੰਡ ਲਿਸਟ ਵੀ ਰਿਲੀਜ਼ ਕਰਨਗੇ ਦੇਖੋ ਦੋਸਤੋ ਇਹ ਤਾਂ ਮੈਨੂੰ ਪਤਾ ਨਹੀਂ ਉਹ YouTube ਚੈਨਲ ਵਾਲੇ ਕਿਉਂ ਇਸ ਤਰ੍ਹਾਂ ਦੀਆਂ ਵੀਡੀਓਜ਼ ਪਾਈ ਜਾਂਦੇ ਨੇ ਕਿ ਰਿਜ਼ਲਟ ਦੀ ਹਲੇ ਸੈਕੰਡ ਲਿਸਟ ਵੀ ਆਵੇਗੀ ਜਦਕਿ ਸੱਚ ਇਹ ਹੈ ਕਿ ਇਹਨਾਂ ਨੇ ਕਿਤੇ ਵੀ ਆਫੀਸ਼ਲ ਨੋਟੀਫਿਕੇਸ਼ਨ ਵਿੱਚ ਇਹ ਨਹੀਂ ਲਿਖਿਆ ਜਿਹੜੇ ਫਰਸਟ ਲਿਸਟ ਵਿੱਚ ਆ ਚੁੱਕੇ ਨੇ ਕੈਂਡੀਡੇਟ ਜੀ ਸੈਕੰਡ ਲਿਸਟ ਆਵੇ ਕਿਦਾਂ ਸਿਰਫ ਉਹਨਾਂ ਵਿੱਚ ਸੋਧ ਕਰਕੇ ਮਤਲਬ ਜਿਨ੍ਹਾਂ ਦੇ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਏ ਜਾਂ ਫਿਜ਼ੀਕਲ ਟੈਸਟ ਕਲੀਅਰ ਹੋ ਗਿਆ ਉਹਨਾਂ ਦੀ ਸੈਕੰਡ ਲਿਸਟ ਬਣਦੀ ਹੈ ਇਗਜ਼ਾਮਪਲ ਮਤਲਬ ਹੁਣ ਤੁਸੀਂ ਪੰਜਾਬ ਪੁਲਿਸ ਕਨਸਟੇਬਲ ਦੀ ਆਫੀਸ਼ਲ ਵੈਬਸਾਈਟ ਤੇ ਜਾਉਂਗੇ ਉੱਥੇ ਆਪਾਂ ਨੂੰ ਦੇਖਿਆ ਲਿਖਿਆ ਮਿਲਦਾ ਹੈ ਕਿ ਲਿਸਟ ਆਫ ਸ਼ੋਰਟਲਿਸਟਡ ਕੈਂਡੀਡੇਟ ਫੋਰ ਸਟੇਜ 2 ਇਹ ਸਟੇਜ 2 ਵਾਸਤੇ ਜਿਹੜੇ ਕੈਂਡੀਡੇਟ ਦੀ ਲਿਸਟ ਸ਼ੋਰਟਲਿਸਟ ਹੋਈ ਹੈ ਉਹ ਸੈਕੰਡ ਲਿਸਟ ਹੈ ਮਤਲਬ ਕਿ ਇੱਕ ਤਾਂ ਫਾਈਨਲ ਮੈਰਿਟ ਲਿਸਟ ਆ ਗਈ ਮਤਲਬ ਕਿ ਪ੍ਰੀਵੀਜ਼ਨਲ ਮੈਰਿਟ ਲਿਸਟ ਆ ਗਈ ਉਹਨਾਂ ਵਿੱਚ ਹੁਣ ਇਸ ਤੋਂ ਬਾਅਦ ਕੀ ਹੋਇਆ ਫਿਜ਼ੀਕਲ ਟੈਸਟ ਹੋਏ ਡਾਕੂਮੈਂਟ ਵੈਰੀਫਿਕੇਸ਼ਨ ਹੋਏ ਜਿਹੜੇ ਬੱਚੇ ਫਿਜ਼ੀਕਲ ਟੈਸਟ ਤੇ ਡਾਕੂਮੈਂਟ ਵੈਰੀਫਿਕੇਸ਼ਨ ਕਲੀਅਰ ਕਰ ਗਏ ਉਹਨਾਂ ਵਾਸਤੇ ਸੈਕੰਡ ਲਿਸਟ ਬਣੇਗੀ ਜਿਸ ਵਿੱਚ ਕੀ ਹੋਵੇਗਾ ਮੈਡੀਕਲ ਦੀ ਡਿਟੇਲ ਹੋਵੇਗੀ ਵੀ ਮੈਡੀਕਲ ਕਿੱਥੇ ਆਇਆ ਤੁਹਾਡਾ ਵੀ ਮੈਡੀਕਲ ਬਸ ਕਿਹੜੇ ਹਸਪੀਟਲ ਵਿੱਚ ਤੁਹਾਨੂੰ ਜਾਣਾ ਉਸ ਦੀ ਡਿਟੇਲ ਹੋਵੇਗੀ ਐਂਡ ਉਸ ਤੋਂ ਬਾਅਦ ਕੀ ਹੋਵੇਗਾ ਜਿੱਥੇ ਤੁਹਾਡੀ ਅਪਾਇੰਟਮੈਂਟ ਆ ਨੌਕਰੀ ਦੀ ਪੋਸਟ ਤਾਇਨਾਤ ਕੀਤੀ ਗਈ ਹੈ ਉਸ ਦੀ ਲਿਸਟ ਇਹ ਆਫੀਸ਼ੀਅਲੀ ਜਾਰੀ ਕਰਨਗੇ ਉਸ ਨੂੰ ਹੀ ਸੈਕੰਡ ਲਿਸਟ ਕਿਹਾ ਕਹੀ ਜਾਂਦੀ ਨੇ ਇਹ ਤੇ ਆਪਾਂ ਸ਼ਾਇਦ ਗਲਤ ਸੋਚ ਰਹੇ ਆ ਜਾਂ ਯੂਟਿਊਬਰ ਹੀ ਗਲਤ ਕਹਿ ਰਹੇ ਨੇ ਕੋਈ ਕਿ ਰਿਜ਼ਲਟ ਦੀ ਵੀ ਸੈਕੰਡ ਲਿਸਟ ਆਵੇਗੀ ਤਾਂ ਦੋਸਤੋ ਇਹ ਗਲਤ ਫਹਿਮੀ ਤੁਸੀਂ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਕਿ ਰਿਜ਼ਲਟ ਦੀ ਹਲੇ ਹੋਰ ਵੀ ਕੋਈ ਲਿਸਟ ਆਵੇਗੀ ਹੁਣ ਕੋਈ ਲਿਸਟ ਨਹੀਂ ਆਉਂਦੀ ਹੁਣ ਜਸਟ ਜਿਹੜੇ ਕੈਂਡੀਡੇਟ ਕੁਆਲੀਫਾਈ ਹੋ ਗਏ ਉਹਨਾਂ ਦੀ ਜਿਹੜੀ ਜੌਬ ਸੈਟਿੰਗ ਦੀ ਇੱਕ ਲਿਸਟ ਹੋਵੇਗੀ ਵੀ ਤੁਹਾਡੀ ਜੌਬ ਇੱਥੇ ਤੁਹਾਡੀ ਜੋ ਇੱਥੇ ਅਪਾਇੰਟਮੈਂਟ ਦਿੱਤੀ ਗਈ ਹੈ ਇੱਥੇ ਅਪਾਇੰਟ ਕੀਤੀ ਗਈ ਹੈ ਇਸ ਤਰ੍ਹਾਂ ਦੀ ਇੱਕ ਹੋਰ ਲਿਸਟ ਜਾਰੀ ਹੋਵੇਗੀ ਐਂਡ ਇਸੇ ਤਰ੍ਹਾਂ ਵਾਰਡ ਅਟੈਂਡੈਂਟ ਦੀ ਵੀ ਪੋਸਟ ਦਾ ਜਿਹੜੇ ਕਿ ਪ੍ਰੀਵੀਜ਼ਨਲ ਮੈਰਿਟ ਲਿਸਟ ਨੇ ਅਨਾਉਂਸਮੈਂਟ ਕਰ ਦਿੱਤੀ ਗਿਆ ਇਸ ਤੋਂ ਬਾਅਦ ਮੈਡੀਕਲ ਹੋਵੇਗਾ ਇਹਨਾਂ ਦਾ ਐਂਡ ਇਸ ਤੋਂ ਬਾਅਦ ਪੋਸਟ ਦੀ ਪੋਸਟ ਲਿਸਟ ਵਿੱਚ ਨਾਮ ਆਉਣਗੇ ਕਿ ਤੁਹਾਡੀ ਸਿਲੈਕਸ਼ਨ ਹੋ ਚੁੱਕਾ ਹੈ ਤੁਸੀਂ ਅੱਜ ਤੋਂ ਜਾਂ ਇਸ ਡੇਟ ਤੋਂ ਜੁਆਇਨਿੰਗ ਕਰ ਸਕਦੇ ਹੋ ਉਹ ਸੈਕੰਡ ਲਿਸਟ ਹੋਵੇਗੀ ਇਸ ਤੋਂ ਲੋਬ ਦੋਸਤੋ ਕੋਈ ਸੈਕੰਡ ਲਿਸਟ ਨਹੀਂ ਆਉਂਦੀ ਹੁਣ ਤੁਸੀਂ ਡੀਮੋਟੀਵੇਟ ਨਹੀਂ ਹੋਣਾ ਆਲਰੇਡੀ ਕਾਰਪੋਰੇਟਿਵ ਇਨਸਪੈਕਟਰ ਦੀਆਂ ਪੋਸਟਾਂ ਅਨਾਉਂਸਮੈਂਟ ਹੋ ਚੁੱਕੀ ਐ ਐਂਡ ਇਸ ਮੰਥ ਦੇ ਐਂਡ ਵਿੱਚ ਜਿਹੜੀ ਚੀਫ ਸੈਕਟਰੀ ਮਤਲਬ ਕਿ ਪੰਚਾਇਤੀ ਸੈਕਟਰੀ ਦੀਆਂ ਪੋਸਟਾਂ ਵੀ ਰਿਲੀਜ਼ ਹੋਣਗੀਆਂ ਉਹ ਪੋਸਟਾਂ ਫਿਲ ਕਰ ਦੋ ਲਗਭਗ ਜਿਹੜਾ ਕਿ 50% ਸਿਲੇਬਸ ਉਹੀ ਰਹੇਗਾ ਜਿਹੜਾ ਤੁਸੀਂ ਇੰਨਾ ਪੋਸਟਾਂ ਵਿੱਚੋਂ ਰੀਡ ਕਰ ਚੁੱਕੇ ਹੋ ਮਤਲਬ ਹਾਫ ਤਿਆਰੀ ਤੁਹਾਡੀ ਹੋ ਚੁੱਕੀ ਐ ਹਾਫ ਤਿਆਰੀ ਹੋਰ ਕਰਨੀ ਐ ਸੋ ਟੈਨਸ਼ਨ ਨਾ ਲਓ ਆਉਣ ਵਾਲੀਆਂ ਪੋਸਟਾਂ ਦੀ ਤਿਆਰੀ ਕਰ ਲਓ ਐਗਜ਼ਾਮ ਕੁਆਲੀਫਾਈ ਜ਼ਰੂਰ ਹੋ ਜਾਵੇਗਾ ਕਿਉਂਕਿ ਉਹਨਾਂ ਦੀ ਜਿਹੜੇ ਬੱਚੇ ਸਿਲੈਕਟ ਹੋ ਗਏ ਉਹਨਾਂ ਦੀ ਥੋੜੀ ਜ਼ਿਆਦਾ ਤਿਆਰੀ ਸੀ ਆਪਣੀ ਥੋੜੀ ਘੱਟ ਤਿਆਰੀ ਸੀ ਤਾਂ ਕਰਕੇ ਆਪਣੇ ਲਿਸਟ ਵਿੱਚ ਨੰਬਰ ਨਹੀਂ ਆਏ ਹੁਣ ਜੇ ਆਪਾਂ ਕੰਟੀਨਿਊ ਰੱਖਾਂਗੇ ਆਪਣੀ ਸਟੱਡੀ ਤਾਂ ਆਉਣ ਵਾਲੀਆਂ ਪੋਸਟਾਂ ਇਨਸਪੈਕਟਰ ਦੀ ਪੋਸਟ ਆ ਰਹੀਆਂ ਨੇ ਉਹ ਕੁਆਲੀਫਾਈ ਕਰ ਲੋਗੇ ਜਾਂ ਜਿਹੜੀ ਸੈਕਟਰ ਦੀਆਂ ਪੋਸਟਾਂ ਆ ਰਹੀਆਂ ਨੇ ਉਹ ਤੁਸੀਂ ਕੁਆਲੀਫਾਈ ਜ਼ਰੂਰ ਕਰ ਲੋਗੇ ਐਂ ਜਿਵੇਂ ਕਿ ਆਪਾਂ ਕਨਸਟੇਬਲ ਰਿਲੇਟਡ ਕਲਾਸਸ ਪ੍ਰੋਵਾਈਡ ਕਰਵਾਈ ਹੈ ਵਾਰਡ ਅਟੈਂਡੈਂਟ ਦੀ ਕਾਫੀ ਕਲਾਸਸ ਪ੍ਰੋਵਾਈਡ ਕਰਾਈ ਹੈ ਉਸੇ ਤਰ੍ਹਾਂ ਆਉਣ ਵਾਲੀਆਂ ਪੋਸਟਾਂ ਦੀ ਵੀ ਤਿਆਰੀ ਆਪਣੇ ਚੈਨਲ ਤੇ ਇਸੇ ਤਰ੍ਹਾਂ ਚੱਲਦੀ ਰਹ ਜੇ ਤੁਸੀਂ ਆਪਣੇ ਐਗਜ਼ਾਮ ਦੀ ਪਰਫੈਕਟ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਓ ਤਾਂ ਕਿ ਹਰ ਲੇਟੈਸਟ ਜੌਬ ਦੀ ਅਪਡੇਟ ਤੁਹਾਨੂੰ ਇੰਸਟਾਗ੍ਰਾਮ ਤੇ ਮਿਲ ਸਕੇ